ਹਰਿੰਦਰ ਸਿੰਘ ਬਜਾਜ ਦੀ ਕਹਾਣੀ ਸੁੱਚੇ ਫੁੱਲਾਂ ਦਾ ਸੱਚ ਦਾ ਅਖੀਰਲਾ ਪਾਗ ਪਿਸ਼ੋਰੇ ਨੂੰ ਤੇਰੇ ਕਦਮਾਂ 'ਚ ਟਿਕਾ ਮੈਂ ਸਿਰਫ ਇੰਨਾ ਹੀ ਵਸ ਰਿਹਾ ਸਾਂ ਲਫੜ ਆਪਣਾ ਭਰਾ ਤੂੰ ਵੀ ਤਾਂ ਉਦੋਂ ਸਾਡੇ ਵਾਸਤੇ ਮਰਿਆ ਬਰੋਬਰ ਹੀ ਸੈਂ ਤੇ ਪਿਸ਼ੋਰਾ ਇਹਨਾਂ ਦੋ ਅੱਖਾਂ ਸਾਵੇਂ ਢੇਰੀ ਹੋਇਆ ਸੀ ਚੜਦੇ ਪਾਸੇ ਵੱਲ ਪੁੱਟੀ ਜਾ ਰਹੀ ਕਬਰ ਦੀ ਕਹੀ ਕਿਸੇ ਚੀਜ਼ ਨਾਲ ਅੜ ਕੇ ਚਾਚੇ ਚਰਾਗ ਦੇ ਮੁੰਡੇ ਸਾਹਮੇ ਹੱਥੋਂ ਛੁੱਟ ਗਈ ਅੱਬਾ ਆਵੀ ਉਸ ਬਾਪੂ ਨੂੰ ਆਵਾਜ਼ ਮਾਰੀ ਮੈਨੂੰ ਮੇਰੇ ਡਾਕਟਰ ਪੁੱਤਰ ਨੇ ਮੁਸ਼ਕਲ ਨਾਲ ਹੀ ਸੰਭਾਲਿਆ ਹੋਇਆ ਸੀ ਮੈਨੂੰ ਸਮਝ ਨਹੀਂ ਆ ਰਹੀ ਸੀ ਕਿ ਮੈਂ ਕਿਸ ਕਿਸ ਨੂੰ ਰੋਵਾਂ ਆਪਣੇ ਆਪ ਨੂੰ ਕਿ ਮੈਂ ਕਿਉਂ ਜਿਉਂਦਾ ਸੀ ਛੋਟੇ ਵੀਰ ਪੁਸ਼ਾਰੇ ਨੂੰ ਮਾਂ ਨੂੰ ਭੈਣ ਨੂੰ ਕਿ ਬਾਪ ਨੂੰ ਪਰ ਉੰਜ ਮੈਂ ਸਾਰੀ ਉਮਰ ਕੀਤਾ ਵੀ ਕੀ ਸੀ ਇਹਨਾਂ ਗਵਾਚਿਆਂ ਦੀ ਯਾਦ 'ਚ ਹਰ ਘੜੀ ਪਲ ਰੋਂਦਾ ਹੀ ਤਰਿਆ ਸਾਂ ਪਤਾ ਨਹੀਂ ਆਪਣੇ ਆਪ ਚ ਕਿੰਨੀ ਵਾਰ ਜੰਮਿਆ ਤੇ ਕਿੰਨੀ ਵਾਰ ਮਰਿਆ ਸਾਂ ਚਾਚੇ ਚਿਰਾਗ ਦੀ ਨੇ ਆਪ ਕਬਰ ਚ ਉਤਰ ਕੇ ਅਣਜਾਣੀ ਚੀਜ਼ ਨਾਲ ਅੜੀ ਕਹੀ ਨੂੰ ਪਾਸੇ ਕਰ ਦੱਬੀ ਸ਼ੈ ਨੂੰ ਹੱਥ ਪਾਇਆ ਚਾਚੇ ਚਿਰਾਗ ਦੀਆਂ ਸੱਜੇ ਹੱਥ ਦੀਆਂ ਉਂਗਲਾਂ ਮਨੁੱਖੀ ਖੋਪੜੀ ਦੀਆਂ ਖਾਲੀ ਡੇਲਿਆਂ ਡੇਲਿਆਂ ਚ ਫਸ ਕੇ ਰਹਿ ਗਈਆਂ ਯਾ ਅੱਲਾ ਰਹਿਮ ਕਰ ਅਸਾਂ ਗਰੀਬਾਂ ਤੇ ਚਾਚਾ ਜਿਵੇਂ ਸਾਰੇ ਦਾ ਸਾਰਾ ਹੀ ਕੰਬ ਗਿਆ ਸੀ ਆ ਜਾ ਨਿਹਾਲ ਸਿਆ ਆ ਜਾ ਫੇਰ ਵੀ ਲੰਗੋਟੀਏ ਸੰਕਦੇ ਮਰਿਆਂ ਨਾਲ ਮਰਿਆ ਨਹੀਂ ਜਾਂਦਾ ਤੇ ਨਾ ਹੀ ਮਰਿਆਂ ਨਾਲ ਯਾਦਾਂ ਮਰਦੀਆਂ ਨੇ ਕੀ ਹੋਇਆ ਜੇ ਤੂੰ ਪਹਿਲਾਂ ਟੁਰ ਗਿਆ ਪਰ ਇਹ ਵਕਤ ਦਾ ਫਰੇਵ ਏ ਮੇਰੇ ਯਾਰ ਆਪਾਂ ਅੱਜ ਫੇਰ ਰਲ ਬੈਠਾਂਗੇ ਵੇਖ ਤੇਰਾ ਵੱਡਾ ਪੁੱਤਰ ਕਸ਼ਮੀਰਾ ਕਿੱਥੋਂ ਬਲੈਤੋਂ ਚੱਲ ਕੇ ਪੂਰੇ ਪੰਜਾਬ ਵਰਿਆ ਮਗਰੋਂ ਤੈਨੂੰ ਬਾਪ ਨੂੰ ਆਪਣਾ ਕਹਿਣ ਆਇਆ ਆ ਜਾ ਮੇਰੇ ਦੋਸਤ ਤੂੰ ਫੇਰ ਵੀ ਪਿੰਡ ਦਾ ਸਰਦਾਰ ਸਾਂ ਹੈ ਸਾਰਾ ਪਿੰਡ ਤੇ ਪਿਆਜ ਤਰਸਦਾ ਹੈ ਆਪਣੇ ਸਰਦਾਰ ਦੇ ਦੀਦਾਰ ਨੂੰ ਮਥੇਰਾ ਤੇ ਰਵੈਰੀਆਂ ਨੇ ਦੱਬ ਲਿਆ ਤੈਨੂੰ ਪਰ ਨਹੀਂ ਇਹ ਲੇਖੇ ਤਾਂ ਅੰਤ ਨੂੰ ਦੇਣੇ ਹੀ ਪੈਣੇ ਨੇ ਚਾਚੇ ਚਰਾਗਦੀਨ ਨੇ ਖੋਪੜੀ ਨੂੰ ਦੋਹਾਂ ਹੱਥਾਂ ਨਾਲ ਫੜ ਆਪਣੇ ਮੋਢੇ ਤੋਂ ਚਾਦਰਲਾ ਸਾਫ਼ ਕੀਤਾ ਮੈਂ ਵੇਖ ਰਿਹਾ ਸਾਂ ਮੂੰਹ ਮੱਥਾ ਆਪਣੇ ਸਰਦਾਰ ਬਾਪ ਦਾ ਪਰ ਪਤਾ ਤਾਂ ਲੱਗ ਜਾ ਜਾ ਮੈਂ ਖਲਾ ਖਲੋਤਾ ਹੀ ਬੇਹੋਸ਼ ਹੋ ਕੇ ਕਬਰ 'ਚ ਜਾ ਪਿਆ ਮਗਰਬ ਦੀ ਨਮਾਜ਼ ਤੱਕ ਮੇਰੇ ਹੋਸ਼ ਪਰਤਾਏ ਸਨ ਮੇਰੇ ਮੁੰਡੇ ਨੂੰ ਡਰ ਸੀ ਕਿ ਦਿਲ ਦਾ ਮਰੀਜ਼ ਕਿਤੇ ਸਦਮੇ ਨੂੰ ਨਾ ਸਹਾਰਦਿਆਂ ਫਤਿਹ ਨਾ ਬੁਲਾ ਜਾਏ। ਲੈਂਪ ਦੇ ਚਾਨਣ 'ਚ ਬੈਠਾ ਚਾਚਾ ਚਰਾਗਦੀਨ ਚੱਠਾ ਦੱਸ ਰਿਹਾ ਸੀ ਤੇਰੇ ਬਾਪ ਦੇ ਪਿੰਜਰ ਹੇਠੋਂ ਇੱਕ ਹੋਰ ਪਿੰਜਰ ਨਿਕਲਿਆ। ਇਹ ਖੋਪੜੀ ਵੇਖਣ 'ਚ ਛੋਟੀ ਸੀ ਜੱਬ ਤਾਂ ਜਿਵੇਂ ਤੇਰੀ ਭੈਣ ਮਿੰਦੋ ਦੀ ਹੋਵੇ। ਤੇਰੇ ਬਾਪ ਨੇ ਉਹਨੂੰ ਬਚਾਉਣ ਦੀ ਖਾਤਰ ਆਪਣੇ ਹੇਠ ਲੁਕਾ ਲਈ ਸੀ ਜਾਂ ਜ਼ਾਲਿਮਾਂ ਨੇ ਦੋਵਾਂ ਨੂੰ ਇੱਕੋ ਥਾਂ ਮਾਰ ਇਕੱਠਾ ਦੱਬ ਦਿੱਤਾ ਸੀ। ਸਾਰਾ ਪਿੰਡ ਜਾਣਦਾ ਹੈ ਮਨੂਹਰਾ ਨੇ 15 ਵਰਿਆਂ ਦੀ ਮਿੰਦੋ ਨੂੰ ਉਧਾਲਣਾ ਚਾਹਿਆ ਸੀ ਪਰ ਤੇਰੇ ਬਾਪ ਨੇ ਡੰਕੇ ਦੀ ਝੋਟ ਤੇ ਐਲਾਨ ਕਰ ਰੱਖਿਆ ਸੀ ਮੇਰੇ ਜਿਉਂਦੇ ਜੀ ਜਿਸ ਵੀ ਮੇਰੀ ਧੀ ਵੱਲ ਕੈਰੀ ਅੱਖ ਨਾਲ ਵੇਖਿਆ ਤਾਂ ਅੱਖਾਂ ਕੱਢ ਦਿਆਂਗਾ ਸਾਰਾ ਕੁਝ ਪੁਲਿਸ ਦੇ ਕਬਜ਼ੇ 'ਚ ਜਾ ਚੁੱਕਿਆ ਸੀ ਥਾਣੇਦਾਰ ਰਾਜਾ ਮਹੰਦੀ ਅਲੀ ਖਾਂ ਦੱਸ ਰਿਹਾ ਸੀ ਹੱਥੀਆਂ ਦੇ ਨਾਲ ਦੋ ਸੋਨੇ ਦੇ ਕੜੇ ਤੇ ਝੁੰਮਕੇ ਵੀ ਮਿਲੇ ਸਨ ਇੱਕ ਛੋਟੇ ਸਾਈਜ਼ ਦੀ ਜੰਗ ਦੀ ਮਾਰੀ ਛੁਰੇ ਵਰਗੀ ਕਿਰਪਾਨ ਵੀ ਮਿਲੀ ਹੈ ਤੇਰਾ ਬਾਪ ਅਮਰਤਾ ਰੇਸੀ ਨਾ ਗਲ ਚ ਗਾਤਰੇ ਵਾਲੀ ਕਿਰਪਾਨ ਤੇ ਹੱਥ ਚ ਖੁੰਡਾ ਰੱਖਦਾ ਹੁੰਦਾ ਸੀ ਤੇ ਦੂਜੇ ਦਿਨ ਥਾਣੇ ਚ ਜਿਵੇਂ ਸਾਰਾ ਇਲਾਕਾ ਹੀ ਘਰਾਂ ਨੂੰ ਛੱਡ ਇਕੱਠਾ ਆ ਹੋਇਆ ਸੀ ਇਹਨਾਂ ਲੋਕਾਂ ਦੀਆਂ ਨਜ਼ਰਾਂ ਬੋਲ ਚਾਲ ਅਦਬ ਅਦਾਵ ਵਿੱਚ ਕੱਲ ਤੇ ਅੱਜ ਵਿੱਚ ਦਿਨ ਰਾਤ ਦਾ ਫਰਕ ਸੀ ਅੱਜ ਲੋਕ ਨੇੜੇ ਹੋ ਹੋ ਕੇ ਲੰਘ ਰਹੇ ਸਨ ਹੱਥਾਂ ਨੂੰ ਹੱਥਾਂ ਚ ਪੁਰਤ ਪਾਕੀ ਨਾਲ ਕੁੱਟ-ਕੁੱਟ ਜਾਂਦੇ ਸਨ ਪਿੱਠ ਤੇ ਹੱਥ ਫੇਰ ਹਿੱਕ ਨਾਲ ਹਿੱਕ ਲਾ ਮੇਰੇ ਵਗਦੇ ਅਤਰਵਾਂ ਨੂੰ ਆਪਣੇ ਹੱਥੀ ਪੁੰਝ ਪੁੰਝ ਜਾਂਦੇ ਸਨ ਪਿੰਡ ਦੇ ਸਵਾਈਖ ਹਵੇਲੀ ਤੋਂ ਸਾਰੇ ਬੰਦ ਦਰਵਾਜ਼ੇ ਖੁੱਲ ਚੁੱਕੇ ਸਨ ਮਾਸੀ ਮਲਵੈਣ ਪਿੰਡ ਦੀਆਂ ਧੀਆ ਭੈਣਾ ਮਾਵਾ ਨਾਲ ਮੇਰੀ ਮਰੀ ਮਾਂ ਨੂੰ ਕੋਹੀ ਗਈ ਭੈਣ ਨੂੰ ਆਪਣੇ ਵਿੱਚ ਖਲੋਤਾ ਮਹਿਸੂਸ ਕਰ ਅਥਰੂ ਕੇਰ ਰਹੀ ਸੀ ਸਾਰੇ ਦਾ ਸਾਰਾ ਕੋਟ ਦੇ ਹਾਲ ਸਿੰਘ ਜਿਵੇਂ ਕਬਰਾਂ ਚੋਂ ਆਪ ਉੱਠ ਮੇਰੇ ਬਾਪੂ ਨੂੰ ਮੇਰੀ ਭੈਣ ਨੂੰ ਠਾ ਥਾਣੇ ਇਕੱਠਾ ਆਇਆ ਸੀ ਥਾਣੇਦਾਰ ਦਾ ਹੌਸਲਾ ਨਹੀਂ ਸੀ ਪੈ ਰਿਹਾ ਕਿ ਚਿੱਟੀ ਚਾਦਰ ਦੀ ਗੰਢ ਖੋਲ ਮੇਰੇ ਸਰਦਾਰ ਬਾਪ ਦੀ ਖੋਪੜੀ ਉਹਦੀਆਂ ਹਸਤੀਆਂ ਉਹਦੇ ਫੁੱਲ ਮੇਰੀ ਝੋਲੀ ਪਾਏ ਮਾਸੀ ਮਲਵੈਣ ਨੇ ਆਪਣੇ ਆਪ ਤੇ ਬੜਾ ਕਾਬੂ ਪਾਇਆ ਪਰ ਉਹ ਤੋਂ ਫਿਰ ਵੀ ਨਹੀਂ ਸਿਰਿਆ ਗਿਆ ਲਿਆ ਵੇ ਥਾਣੇਦਾਰ ਜਾਬ ਮੇਰੀ ਧੀ ਮਿੰਦੋ ਦੇ ਫੁੱਲ ਮੇਰੀ ਝੋਲੀ ਪਾ ਮਾ ਨਾ ਸੀ ਮਾਸੀ ਤਾਂ ਜਿਉਂਦੀ ਏ ਤੇ ਉਸ ਆਪਣੇ ਚਿੱਟੇ ਲੀੜੇ ਦੀ ਝੋਲੀ ਥਾਣੇਦਾਰ ਦੇ ਅੱਗੇ ਪਸਾਰ ਦਿੱਤੀ ਥਾਣੇਦਾਰ ਕਦੀ ਮੇਰੇ ਵੱਲ ਵੇਖ ਰਿਹਾ ਸੀ ਤੇ ਕਦੇ ਚਾਚੇ ਚਰਾਗ ਦੀਨ ਵੱਲ ਤੇ ਆਖਰ ਉਹਦੇ ਕੰਬ ਦੇ ਹੱਥਾਂ ਨੇ ਚਿੱਟੀ ਚਾਦਰ 'ਚ ਬੱਦੇ ਫੁੱਲ ਮਾਸੀ ਮਲਵੈਣ ਦੀ ਝੋਲੀ ਪਾਪ ਤੇ ਤੇਜ਼ ਪਿਛੋਂ ਸਾਰੇ ਦਾ ਸਾਰਾ ਪਿੰਡ ਜਿਵੇਂ ਕੁਰਲਾ ਉੱਠਿਆ ਸੀ ਜਿਵੇਂ ਪਿੰਡ ਦੀ ਜਵਾਨਤੀ ਅੱਜ ਹੀ ਹੁਣੇ ਹੀ ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਜਵਾਨੀਆਂ ਟੁੱਟ ਮੋਈ ਸੀ ਤੇ ਤੇ ਕੋਈ ਵੀ ਤਾਂ ਕੁਝ ਨਹੀਂ ਸੀ ਕਰ ਸਕਿਆ ਮਾਸੀ ਮਲਵੈਣ ਦੁਅੱਥੜ ਪਿੱਟ ਵਹਿਣ ਪਾ ਰਹੀ ਸੀ ਹਾਈਵੇ ਰਾਜਾ ਵੀਰਾ ਸਾਨੂੰ ਕੱਲਾ ਛੱਡ ਕਿੱਥੇ ਟੁਰ ਗਿਆਂ ਹਾਈ ਨਹੀਂ ਰਾਣੀਏ ਧੀਏ ਤੂੰ ਕੱਲੀ ਕਿਉਂ ਟੁਰ ਗਈ ਮਾਸੀ ਨੂੰ ਵੀ ਨਾਲ ਲੈ ਜਾਂਦੀ ਥਾਣੇਦਾਰ ਨੂੰ ਸਮਝ ਨਹੀਂ ਸੀ ਆ ਰਹੀ ਕਿ ਇਸ ਮਾਤਮੀ ਹਜੂਮ ਨੂੰ ਕਿਸ ਤਰ੍ਹਾਂ ਚੁੱਪ ਕਰਾਏ ਕਿਸ ਤਰ੍ਹਾਂ ਘਰੋਂ ਘਰ ਟੁਰ ਜਾਣ ਨੂੰ ਕਹੇ ਸਾਰਾ ਪਿੰਡ ਹਾਲੋ ਬਿਹਾਲ ਮੇਰੇ ਗਲ ਲੱਗ ਰੋ ਰਿਆ ਸੀ ਮੈਂ ਉਹਨਾਂ ਦਾ ਕੀ ਲੱਗਦਾ ਸੀ ਹਾਂ ਰਿਸ਼ਤਾ ਰੂਦਾ ਰੂਹਾ ਜਿਨ੍ਹਾਂ ਦਾ ਅਕੇ ਦਾ ਰੰਗ ਪੇ ਧਰਮ ਮਜ਼ਬ ਦੇਸ਼ ਕੌਮ ਸਮਝਾ ਸਥਾਨ ਨਹੀਂ ਸੰਯੋਗ ਵਸ ਜਿਹੜੀਆਂ ਕਿਤੇ ਇਕੱਠੀਆਂ ਹੋ ਬੈਠਣ ਇੱਕ ਦੂਜੇ ਨੂੰ ਕਿਸੇ ਤਲਿਸਮੀ ਕਲਾਵੇ ਚ ਲੈ ਵਿਸਮਾਚ ਵਾਦਦਾ ਗੀਤ ਗਾ ਸਰਬਸਾਂਝੇ ਸਵਰ ਵਿੱਚ ਹਮ ਜਨਸੋ ਸਵੈ ਦੀ ਸੀਮਾ ਤੋਂ ਰਹਿਤ ਅਸੀਮ ਦੀ ਤਾਬੇਦਾਰੀ ਕਬੂਲ ਸਜਦੇ ਚ ਸਿਰ ਨਿਵਾਹ ਹੁਕਮ ਦੀ ਉਡੀਕ ਚ ਖੜੀਆਂ ਹੋਣ ਕੋਈ ਦੋ ਵਰਿਆਂ ਬਾਅਦ ਪਿਛਲੀ ਸ਼ਾਮ ਘਰ ਦੇ ਡਰਾਈਵ ਚ ਖਲੋਤਾ ਸਮੇਂ ਦੇ ਬਦਲਦੇ ਨੈਣ ਨਕਸ਼ਾ ਨੂੰ ਆਪਣੇ ਆਪ ਨਾਲ ਮੇਲ ਰਿਹਾ ਸਾਂ ਇੱਕ ਬੀਐਮਡਬਲਿਊ ਕਾਰ ਦੇ ਸਾਹਮਣੇ ਆ ਕੇ ਰੁਕੀ ਕਾਰ ਚੋਂ ਸਲਵਾਰ ਕਮੀਜ਼ ਪਹਿਨੀ ਇੱਕ ਸੁਨੱਖਾ ਜਵਾਨ ਮੁੰਡਾ ਅਛੋਪਲੇ ਜੇ ਨਿਕਲ ਮੇਰੇ ਵੱਲ ਵਧਿਆ ਮੈਂ ਹਾਲੇ ਆਪਣੇ ਆਪ ਨੂੰ ਉਹਦੀ ਆਮਦ ਲਈ ਤਿਆਰੀ ਕਰ ਰਿਹਾ ਸੀ ਉਸ ਇੱਕ ਬੰਦ ਲਫਾਫਾ ਮੇਰੇ ਵੱਲ ਵਧਾਇਆ ਤੇ ਚੁੱਪਕੇ ਤਾਈ ਕਾਰ ਚ ਬੈਠ ਰਹੀ ਪਿਆ ਗਿਆ ਮੈਂ ਕਿੰਨਾ ਚਿਰ ਸ਼ਾਮ ਦੀ ਵਦ ਦੀ ਕਾਲਕਿਚ ਕਰੇ ਗੈਬੀ ਕਾਰ ਦੇ ਪਿੱਛੇ ਛੜਦੀ ਧੂਏ ਦੀ ਲਕੀਰ ਵੱਲ ਵੇਖ ਰਿਹਾ ਸਾਂ ਤੇ ਕਦੇ ਬੰਦ ਲਫਾਫੇ ਨੂੰ ਖੋਲ ਰਿਹਾ ਸਾਂ ਘਰ ਚ ਪ੍ਰਵੇਸ਼ ਮਗਰੋ ਬਿਜਲੀ ਦੇ ਚਾਨਣ ਵਿੱਚ ਖਲੋਤੇ ਆ ਮੈਂ ਜਿਵੇਂ ਕਿਵੇਂ ਹੌਸਲਾ ਇਕੱਠਾ ਕਰ ਬੰਦ ਲਫਾਫੇ ਚੋਂ ਚਿੱਠੀ ਕੱਢ ਪੜ ਰਿਆ ਸਾਂ ਬਰਖੁਰਦਾਰ ਕਸ਼ਮੀਰਾ ਸਿੰਘ ਸਲਾਮ ਦੁਆ ਪਿਛਲੇ ਦਿਨੀ ਮੇਰਾ ਪਿੰਡ ਜਾਣਾ ਹੋਇਆ ਸਾਰਾ ਪਿੰਡ ਤੇਰਾ ਸ਼ੁਕਰਗੁਜ਼ਾਰ ਹੈ ਜੋ ਤੂੰ ਜਾ ਕੇ ਆਪਣੇ ਸਰਦਾਰ ਬਾਪ ਤੇ ਮਾਸੂਮ ਭੈਣ ਦੇ ਫੁੱਲ ਚੁਗੇ ਚੁਗੇ ਨਹੀਂ ਸਕੋ ਦਰਿਆ ਰਾਵੀ ਦੇ ਸਪੁਰ ਦੇ ਆਪ ਵੀ ਕੀਤੇ ਰਾਵੀ ਜਿਸ ਤੇ ਤੇਰੀ ਮਾਂ ਜਗੀਰੂ ਆਪਣੀ ਅਸਮਤ ਬਚਾਉਣ ਦੀ ਖਾਤਰ ਛਾਲ ਮਾਰ ਮਰੀ ਸੀ ਤੂੰ ਇਹ ਕੰਮ ਕਰਕੇ ਅਸਾ ਸਾਰਿਆਂ ਦੀ ਆਕਬਤ ਸਵਾਰ ਛੱਡੀ ਏ ਤੇਰਾ ਚਾਚਾ ਚਰਾਗਦੀਨ ਤੇ ਮਾਸੀ ਮਲਵੈਨ ਸਲਾਮ ਦੁਆ ਕਹਿੰਦੇ ਆਂ ਦੋਵੇਂ ਪੈਰੋਂ ਪੈਰ ਬੁੱਢਾਪੇ ਵੱਲ ਵੱਧੇ ਜਾ ਰਹੇ ਨੇ ਸਾਰਿਆਂ ਤੇਰੇ ਪਿੰਡੂਆਂ ਦਾ ਕਹਿਣਾ ਸੀ ਕਿ ਸਾਨੂੰ ਵਿਸਾਰੀ ਨਾ ਜਿਉਂਦੇ ਜੀ ਕਦੇ ਨਾ ਕਦੇ ਸਾਡੀ ਸਾਰ ਲੈਂਦਾ ਰਹੀਂ ਮੰਨ ਨਾ ਮੰਨ ਅਸੀਂ ਤੇਰੇ ਆਪਣੇ ਆਂ ਹਾਂ ਸੱਚ ਮੈਂ ਭੁੱਲ ਨਾ ਜਾਵਾਂ ਇਹ ਗੱਲ ਔਰ ਤੇਰੇ ਪਿੰਡ ਹੁੰਦੇ ਆ ਤੁਸੀਂ ਜੋ ਦੋ ਗੋਲੀਆਂ ਸੁਣਨ ਦੀ ਆਵਾਜ਼ ਸੁਣੀ ਸੀ ਉਹ ਆਵਾਜ਼ ਮੰਨੂ ਮਨੇਸ਼ ਤੇ ਫਜ਼ਲ ਦੇ ਇੱਕ ਦੂਜੇ ਨੂੰ ਗੋਲੀ ਮਾਰ ਖੁਦਕੁਸ਼ੀ ਕਰਨ ਦੀ ਸੀ ਪੁਲਿਸ ਦੀ ਤਫ਼ਤੀਸ਼ ਤੋਂ ਬਾਅਦ ਉਹਨਾਂ ਦੋਹਾਂ ਨੂੰ ਉਸੇ ਕਬਰ 'ਚ ਦਫਨਾ ਦਿੱਤਾ ਗਿਆ ਜਿਸ 'ਚ ਤੇਰੇ ਸਰਦਾਰ ਬਾਪ ਤੇ ਭੈਣ ਦੀਆਂ ਆਸਤੀਆਂ ਦਰਅੰਧ ਹੋਈਆਂ ਸਨ ਲੱਗਦਾ ਹੈ ਜਿਵੇਂ ਉਹ ਕਬਰ ਉਹਨਾਂ ਆਪਣੇ ਲਈ ਆਪ ਹੀ ਖੋਦੀ ਸੀ ਮੈਂ ਆਪ ਆਕੇ ਤੈਨੂੰ ਮਿਲਣਾ ਸੀ ਪਰ ਦਿਲ ਦਾ ਦੂਜਾ ਦੌਰਾ ਪੈਣ ਕਰਕੇ ਹਲੇ ਟੁਰ ਫਿਰ ਨਹੀਂ ਸਕਦਾ ਮੈਨੂੰ ਉਹਦੀ ਜ਼ਾਤ ਤੇ ਭਰੋਸਾ ਹੈ ਕਿ ਮਰਨ ਤੋਂ ਪਹਿਲਾਂ ਤੈਨੂੰ ਜ਼ਰੂਰ ਮਿਲਾਂਗਾ ਨਿਆਜ਼ਮੰਦ ਕਾਜ਼ੀ ਨੂਰ ਮੁਹੰਮਦ ਮੈਂ ਚਿੱਠੀ ਪੜ ਕਿੰਨਾ ਚਿਰ ਬੁੱਤ ਬਣਿਆ ਖਲੋਤਾ ਰਿਹਾ ਮੇਰੇ ਸਾਹਮਣੇ ਇੱਕ ਵਾਰ ਫੇਰ ਇੱਕ ਹਜ਼ੂਮ ਆਖਲੋਤਾ ਸੋਚ ਮਨੁੱਖਤਾ ਦੇ ਸਵੈ ਪਛਾਣ ਦੇ ਸਬੰਧਾਂ 'ਚ ਗਵਾਚੀ ਮਨੁੱਖੀ ਤਕਦੀਰ ਦੇ ਤਾਣੇ ਪੋਟੇ ਦੀਆਂ ਤੰਦਾਂ 'ਚ ਮੁੜਮੁੜ ਉਲਝ ਰਹੀ ਸੀ ਮੈਂ ਜਿੰਨਾ ਆਪਣੇ ਆਪ ਨੂੰ ਫੜਨ ਦਾ ਯਤਨ ਕਰ ਰਿਹਾ ਸੀ ਉਨਾ ਹੀ ਹੋਰ ਤੇ ਹੋਰ ਗਵਾਚਦਾ ਜਾ ਰਿਹਾ ਸਾਂ ਦੂਜੇ ਦਿਨ ਚਾਚੇ ਨੂਰ ਮੁਹੰਮਦ ਨੂੰ ਤੀਰਤ ਸਮਝ ਮੈਂ ਆਪਣੇ ਡਾਕਟਰ ਬੇਟੇ ਨਾਲ ਉਹਦੀ ਜ਼ਿਆਰਤ ਨੂੰ ਜਾ ਰਿਹਾ ਸਾਂ ਕਿਉਂਕਿ ਕਿਸੇ ਰੱਬੀ ਰੂਹ ਦੇ ਸੱਦੇ ਨੂੰ ਫਰਮੋਸ਼ ਕਰਨਾ ਕਿਸੇ ਰੱਬੀ ਹੁਕਮ ਦੀ ਤੋਹੀਨ ਜਾਪ ਰਿਹਾ ਸੀ ਧੰਨਵਾਦ ਸਮਾਪਤ